ਲੁਧਿਆਣਾ ਮੁੱਖ ਮਾਰਗ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਇਹ ਹਾਦਸਾ ਮਹਿਲਕਲਾ ਟੋਲ ਪਲਾਜ਼ਾ ਤੋਂ ਕਰੀਬ 1 ਕਿਲੋਮੀਟਰ ਅੱਗੇ ਉਸ ਸਮੇਂ ਵਾਪਰਿਆ ਜਦੋਂ ਕੈਟਰਿੰਗ ਦਾ ਕੰਮ ਕਰਕੇ ਸਰਸੇ ਤੋਂ ਲੁਧਿਆਣਾ ਵਾਪਸ ਜਾ ਰਹੇ ਟੈਂਪੂ ਟਰੈਵਲਰ ਦੀ ਲੁਧਿਆਣਾ ਸਾਈਡ ਤੋਂ ਸੇਬਾਂ ਨਾਲ ਭਰੇ ਟਰੱਕ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਟੈਂਪੂ ਟਰੈਵਲਰ ਸਵਾਰ 3 ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ 4 ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਇੱਕ ਹੋਰ ਜ਼ਖਮੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਸਰ ਸਵੇਰੇ 5-6 ਵਜੇ ਦੇ ਕਰੀਬ ਵਰਤੀ ਮਹਿਲਕਲਾਂ ਟੋਲ ਪਲਾਜ਼ਾ ਕ੍ਰੋਸ ਕਰਦੇ ਸਰ। ਠੀਕ ਹੈ ਜੀ। ਜੀ ਟਰੱਕ ਨਾਲ ਟੈਂਪੂ ਟਰੈਵਲ ਦਾ ਐਕਸੀਡੈਂਟ ਹੋ ਗਿਆ। ਠੀਕ ਹੈ। ਜੋ ਲੁਧਿਆਣੇ ਤੋਂ ਸਿਰਸਾ ਨਿਸ਼ੂਰਾਜ ਰਿਜ਼ੋਰਟ ਦੇ ਵਿੱਚੋਂ ਕੈਟਰਿੰਗ ਕਰਕੇ ਆ ਰਹੇ ਸੀ ਵਾਪਸ। ਠੀਕ ਹੈ ਜੀ। ਅਤੇ ਜਦੋਂ ਟੋਲ ਪਲਾਜ਼ਾ ਕ੍ਰੋਸ ਕੀਤਾ ਬਰਨਾਲਾ ਵਾਲਾ ਮਹਿਲਕਲਾਂ ਵਾਲਾ ਤਾਂ ਇਹਦੇ ਵਿੱਚ ਇੱਕ ਟਰੱਕ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰਤੀ ਜਿਹਦੇ ਵਿੱਚ 4.5 ਬੰਦੇ ਦੀ ਡੈਥ ਹੋ ਚੁੱਕੀ ਹੈ ਅਤੇ 3 ਪਟਿਆਲਾ ਰਜਿੰਦਰਾ ਹੋਸਪਿਟਲ ਵਿੱਚ ਰੈਫਰ ਕੀਤੇ ਗਏ। ਉਮਰ ਇਹਨਾਂ ਦੀ 35 ਤੋਂ ਥੱਲੇ ਥੱਲੇ ਹੈ ਸਾਰੇ ਜੀ। ਵਿੱਚ ਮੁੰਡੇ ਅਨਮੈਰਿਡ ਹੈ, 1-2 ਮੈਰਿਡ ਵੀ ਹੈ। ਦੂਜੇ ਪਾਸੇ ਥਾਣਾ ਮਹਿਲਕਲਾਂ ਦੇ SHO ਨੇ ਦੱਸਿਆ ਕਿ ਟੈਂਪੂ ਟਰੈਵਲਰ ਅਤੇ ਟਰੱਕ ਦੀ ਹੋਈ ਟੱਕਰ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 3 ਵਿਅਕਤੀ ਗੰਭੀਰ ਜ਼ਖਮੀ ਹਨ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਖਿਲਾਫ਼ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਮਾਮਲਾ ਟੈਂਪੂ ਟਰੈਵਲ ਦੇ ਵਿੱਚ ਕੈਟਰਿੰਗ ਪਾਰਟੀ ਜਾ ਰਹੀ ਸੀ ਸਰਸੇ ਤੋਂ ਵਿਆਹ ਲਾ ਕੇ ਲੁਧਿਆਣੇ ਨੂੰ ਅਤੇ ਅੱਗੋਂ ਟਰੱਕ ਆ ਰਿਹਾ ਸੀਗਾ ਸੇਬਾਂ ਦਾ ਭਰਿਆ ਹੈ ਉਹਦੇ ਨਾਲ ਟਕਰਾ ਗਿਆ ਨਿਹਾਲੂ ਵਾਲੇ ਪਿੰਡ ਦੇ ਕੋਲ। ਟੈਂਪੂ ਟਰੈਵਲ ਦੇ ਵਿੱਚ ਜਿਹੜੇ ਸਵਾਰ ਸੀ ਵਿਅਕਤੀ ਉਹਨਾਂ ਦੇ ਵਿੱਚੋਂ 3 ਵਿਅਕਤੀਆਂ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ ਸੀ। 4 ਵਿਅਕਤੀ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅਸੀਂ ਉੱਥੋਂ ਲੋਕਾਂ ਦੀ ਮਦਦ ਨਾਲ ਕੱਢ ਕੇ ਸਿਵਲ ਹਸਪਤਾਲ ਬਰਨਾਲੇ ਭੇਜਿਆ। ਹਾਂ, ਅਸੀਂ ਹੋਸਪਿਟਲ ਦੇ ਵਿੱਚ ਪਹੁੰਚੇ ਹਾਂ ਤਾਂ ਪਤਾ ਲੱਗਿਆ ਵੀ ਉਹ ਜਿਹੜੇ ਬੰਦੇ ਉਹਨਾਂ ਨੇ ਅੱਗੇ ਰਜਿੰਦਰਾ ਹਸਪਤਾਲ ਤੋਂ ਰੈਫਰ ਕੀਤੇ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਅਸੀਂ ਮਤਲਬ ਜਿਹੜੇ ਬੰਦੇ ਜ਼ਖਮੀ ਆ ਉਹਨਾਂ ਦਾ ਬਿਆਨ ਲਿਖ ਕੇ ਟਰੱਕ ਡਰਾਈਵਰ ਦੇ ਖਿਲਾਫ਼ ਜੋ ਵੀ ਕਾਰਵਾਈ ਬਣਦੀ ਆ ਉਹ ਮੁਕੱਦਮਾ ਦਰਜ ਕਰਦੇ ਹਾਂ। ਬਰਨਾਲਾ ਤੋਂ ਅਵਤਾਰ ਗਿੱਲ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।